ऐसी मजीद फनी वीडियोस देखने के लिए हमारे चैनल रचनावी टीवी को सब्सक्राइब करें। और शिक्या तो चोले ही सुभान अल्लाह। पहाड़ी ऊंची पहाड़ी हेठ खोतिया दो बदिया रात में छुटिया पता नहीं किदे किदे वाये एक खोती है दो खोतिया नहीं है बड़े अभी काली राई काली खोती है काली राई दफा मारो ਓ ਸ਼ਿਕਿਆ ਜੀ ਲਾਲਾ ਓਏ ਬਾਬਾ ਹੈਲਮਟ ਧਰਮ ਸੀ ਆਪਣੇ ਕਿੱਲੇ ਤੇ ਖੋਤੀ ਬੰਨੀ ਜਾਂਦੇ ਓਏ ਹਾਂਜੀ ਲਾਲਾ ਇੰਜ ਗੱਲ ਐ ਆ ਫੜ ਗੜਵਾ ਤੇ ਮੇਰੇ ਪਿੱਛੇ ਆ ਮੈਂ ਆਪ ਪਤਾ ਕਰ ਲਾਂ ਚੰਗੀ ਤਰ੍ਹਾਂ ਬਾਨ ਨੂੰ ਖੋਤ ਓਏ ਕੀ ਐ ਇਹ ਖੋਤੀ ਐ ਹੋਰ ਕੀ ਐ ਉਹ ਤੈਨੂੰ ਨਹੀਂ ਆਂਦਾ ਪਿਆ ਨਾ ਨਾ ਇਹ ਖੋਤੀ ਐ ਤੇ ਬੜੀ ਕੀਮਤੀ ਬਾਬਾ ਗੁਲੇਲ ਸਪੂਨ ਨਾਲ ਗੱਲ ਕਰ ਖੋਤੀ ਐ ਤੇ ਬੜੀ ਕੀਮਤੀ ਖੋਤਾ ਹਰ ਜਾ ਤੇ ਇੱਥੇ ਖੈਰੀ ਆਏ ਨੇ ਤੁਸੀਂ ਆਂਦਾ ਪਿਆ ਚੌਧਰੀ ਸਕੂਨ ਨਾਲ ਗੱਲ ਕਰ ਚੱਲ ਬਾਹਰ ਜਾਂਦੇ ਬਾਹਰ ਜਾ ਨਹੀਂ ਅੱਛਾ ਚੌਧਰੀ ਐਨੇ ਗੁੱਸੇ ਨਾਲ ਨਾ ਵੇਖਿਆ ਕੀਤਾ ਕਰ ਅਸੀਂ ਡਰਪੋਕ ਕਰ ਜਾ ਲੋਕ ਇੱਥੇ ਕਿਵੇਂ ਆਏ ਜੇ ਯਾਰ ਇਹ ਖੋਤੀ ਬੱਦੀ ਅਸਾਂ ਇੱਥੇ ਤਾਂ ਅੱਛਾ ਇਹ ਕੋਈ ਰਾਜ਼ ਹੈ ਵਿੱਚ ਕੀ ਰਾਜ਼ ਹੈ ਬਾ ਕੋਈ ਹੋਰ ਸੀ ਨਹੀਂ ਰਾਜ਼ ਨਹੀਂ ਵਾਹ ਭਾਈ ਵਾਹ ਤੂੰ ਦੱਸ ਮੈਂ ਦੱਸਣਾ ਜੀ ਅਜੀ ਸਾਡੀ ਖੋਤੀ ਬੜੀ ਕੀਮਤੀ ਖੋਤੀ ਹੈ ਤੇ ਅਸੀਂ ਆਖਿਆ ਵੀ ਚੌਧਰੀ ਦੇ ਡੇਰੇ ਤੇ ਬੰਨ ਲੈਨੇ ਆ ਚੋਰਾਕਾਰੀ ਦਾ ਮੌਸਮ ਹੈ ਕੋਈ ਸਾਡੀ ਖੋਤੀ ਛੱਡ ਨਾ ਲਵੇ ਆਏਗਾ ਆ ਗੱਲ ਲੈ ਚੌਧਰੀ ਸਾਹਿਬ ਐਸ ਤਾਂ ਡਰਦੇ ਹੋਏ ਇੱਥੇ ਬੰਦੇ ਪਿਆ ਅੱਛਾ ਅੱਛਾ ਡਰਪੋਕ ਬੰਦੇ ਨੇ ਉਹ ਚੌਧਰੀ ਦੁਸ਼ਮਣਦਾਰ ਬੰਦਾ ਹੈ ਓਏ ਸਾਡੀ ਰਾਤੀ ਕੌਣ ਜੰਮਿਆ ਪਰ ਇੱਕ ਗੱਲ ਸੁਣ ਲਓ ਫਨ ਜ਼ਰੂਰ ਲਵੋ ਓਏ ਕਿਤੇ ਮੇਰੀਆਂ ਮੱਝਾਂ ਗਾਵਾਂ ਦਾ ਦੁੱਧ ਨਾ ਪੀ ਜਾਵੇ ਕੌਣ ਆ ਖੋਤੀ ਓਏ ਇਹ ਤਾਂ ਬੜੀ ਮਸਕੀਨ ਹੈ ਇਹਨੂੰ ਤਾਂ ਅਸੀਂ ਪੱਠੇ ਹੀ ਦਿਗਾਣੇ ਖਵਾਉਂਦੇ ਆ ਮਸਕੀਨ ਤਾਂ ਤੁਸੀਂ ਵੀ ਦੋਵੇਂ ਮੂੰਹ ਤੇ ਲੱਗ ਰਹੇ ਜੀ ਓਏ ਅਸੀਂ ਹਾਂ ਹੀ ਮਸਕੀਨ ਇਸੇ ਵੱਲ ਤੱਕ ਆ ਵੇਖਾ ਕਿੱਡਾ ਮਸਕੀਨ ਮਸਕੀਨ ਅਸਾਂ ਖਵਾਉਂਦੇ ਨਹੀਂ ਅਸਾਂ ਤੇ ਇਹਨਾਂ ਨੂੰ ਬਿਦਾਮ ਤੇ ਨੇਜੇ ਤੇ ਅਖਰੋਟ ਦਿੰਦੇ ਕਲਿਆ ਬਾਬਾ ਲੱਗਦਾ ਤੂੰ ਆਪ ਤੇ ਕੋਲੇ ਖਾਂਦਾ ਰਿਹਾ ਇਹਨੂੰ ਬਦਾਮ ਕੋਣ ਨੇ ਓ ਤੈਨੂੰ ਇਸ ਖੋਤੀ ਦੀ ਕਦਰ ਦਾ ਪਤਾ ਹੀ ਨਹੀਂ ਓ ਚੌਧਰੀਆ ਬੜੀ ਖਾਸ ਖੋਤੀ ਇਹ ਆਮ ਨਹੀਂ ਮੈਨੂੰ ਤੇਰੇ ਤੋਂ ਡਰ ਲੱਗਦਾ ਇਹ ਚਾਰਲੀ ਮੁੱਛਾਂ ਵਾਲਿਆ ਓ ਨਹੀਂ ਓ ਨਹੀਂ ਚਲੋ ਬੰਨ ਲਓ ਆ ਸ਼ਿਕਿਆ ਗੱਲ ਚੌਧਰੀ ਐਡਾ ਚੌਧਰੀ ਹੋ ਕੇ ਤੇ ਮੇਰੇ ਕੋ ਡਰ ਲੱਗਦਾ ਪਿਆ ਨਾ ਬਈ ਆਪਣੀ ਗੇਮ ਹੁਣ ਸ਼ੁਰੂ ਹੋ ਜਾਣੀ ਹੈ ਅੱਛਾ ਇਹ ਹੁਣ ਲਾਲਚੀ ਬੰਦਾ ਹੈ ਕੋਈ ਨਾ ਕੋਈ ਬੰਦਾ ਆਪਣੇ ਪਾਰੇ ਤਰਾਸੀ ਤੇ ਤੁਸੀਂ ਹੁਣ ਅਲਰਟ ਰਹਿਣਾ ਹੈ ਅਲਰਟ ਤੇ ਆਪਣਾ ਕੰਮ ਸ਼ੁਰੂ ਵੀ ਕਰਨਾ ਹੈ ਠੀਕ ਹੈ ਆ ਜਾ ਮੋ ਓ ਸ਼ਿਕਿਆ ਮੇਰੀ ਗੱਲ ਸੁਣ ਇਹ ਰਮਜੀ ਤੇ ਜਿਹੜਾ ਹੈਲਮਟ ਆ ਮੈਨੂੰ ਇਹਨਾਂ ਤੇ ਸ਼ੱਕ ਹੋ ਰਹੀ ਜਾਂ ਤੇ ਇਹਨਾਂ ਖੋਤੀ ਚੋਰੀ ਕੀਤੀ ਹੈ ਤੇ ਜਾਂ ਆਪਣੀ ਗਾਂ ਖੋਲਣਾ ਹੈ ਲੁਚੀਆਂ ਛਕਣਾ ਵਾਲੇ ਆ ਗਏ ਲੁਚੀਆਂ ਛਕਣਾ ਵਾਲੇ ਗੱਲ ਸੁਣ ਸ਼ਿਕਿਆ ਕੀ ਗੱਲ ਆ ਦੁੱਧ ਘਰ ਛੱਡ ਕੇ ਨਾ ਇਹਨਾਂ ਦੇ ਪੁੱਤਰ ਪਿੱਛੇ ਚੜ ਜਾ ਠੀਕ ਹੋ ਗਿਆ ਲੈ ਬਾਬਾ ਚਾਰ ਤੂੰ ਫੇਰੇ ਵੇਖ ਆਈ ਹੋਈ ਚੁਆਤੀ ਦੇ ਨਾਲ ਚੌਧਰੀ ਦੀ ਫਾਕੋ ਹਿਸਾਬ ਵਿੱਚ ਆਇਆ ਕਿ ਕੋਈ ਨਹੀਂ ਆਇਆ ਆ ਇੱਕ ਡਾਮਰ ਜੀ ਅੰਦਰ ਤਾਂ ਪੀਏ ਆ ਆ ਵੇ ਨੇੜੇ ਆਵੇ ਤਾਂ ਜ਼ਰਾ ਮੁਰ ਕੰਮ ਸ਼ੁਰੂ ਕਰ ਦੇਣਿਆ ਉਹ ਜਿਹੜੇ ਆ ਗਏ ਆ ਗਏ ਸ਼ੁਰੂ ਕਰੋ ਗੱਲ ਸੁਣ ਲਾ ਬਾਬਾ ਮੇਰੀ ਆ ਕੱਲ ਵਾਲੇ ਜਿਹੜੇ ਪੈਸੇ ਕੱਢੇ ਹਨ ਉਹ ਤੂੰ ਆਪ ਦੇ ਹਿੱਸੇ ਲੈਣ ਅੱਜ ਮੇਰੀ ਵਾਰੀ ਅੱਜ ਮੇਰੀ ਦਿਹਾੜੀ ਹੈ ਨਾਲੇ ਮੇਰੀ ਤਾਂ ਕਿਸਮਤ ਹੀ ਬੜੀ ਤੇਜ਼ ਹੈ ਮੈਂ ਜਦੋਂ ਹੀ ਕੱਢਾਂ 4000 ਤੂੰ ਘੱਟ ਨਿਕਲਦਾ ਹੀ ਨਹੀਂ 5000 ਤੂੰ ਘੱਟ ਨਿਕਲਦਾ ਹੀ ਨਹੀਂ ਤੂੰ ਜਦੋਂ ਹੀ ਕੱਢੇ 1500 1400 1300 1700 2000 ਤੂੰ ਤੇ ਜਾਂਦਾ ਹੀ ਅੱਜ ਮੇਰੀ ਵਾਰੀ ਅੱਜ ਮੈਂ ਕੱਢਣੀ ਉਹ ਉੱਲੂਆ ਇੱਕ ਮਰ ਕੇ ਫੌਲੂ ਤਾਂ ਬੋਲ ਦਿਓ ਅਗਲੇ ਸੁਣ ਲਵੇ ਤੇ ਆ ਜਾਵੇ ਕੌਣ ਸੁਣਦਾ ਪਿਆ ਇੱਥੇ ਮੈਨੂੰ ਦੱਸ ਤਾਂ ਸਹੀ ਆਪਣੇ ਚਾਰ ਚ ਫੇਰੇ ਕੋਈ ਹੈ ਜਿਹੜਾ ਸੁਣੇ ਤੂੰ ਆਰਾਮ ਨਾਲ ਪੈਸੇ ਕੱਢ
ਦਾਲਾ ਨਿਕਲੇ ਮੇਰਾ ਵੇਖ ਭੈਣੇ ਸੱਤੇ ਇੱਧੇ ਵੇ ਵਾਹ 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 ਖੋਤੀਏ ਵਾਹ 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 ਆਜਾ 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 ਲਾ ਲੈ ਭਾਈ ਐਸੇ ਚੋਂ ਕਾਸ਼ ਨਹੀਂ ਨਿਕਲੀ ਉਹ ਕੋਈ ਇੱਕ ਅੱਧੀ ਕਿਸਮਤ ਥੋੜੀ ਖਾਲੀ ਵੀ ਨਿਕਲ ਆਉਂਦੀ ਤੂੰ ਤਾਂ ਮੁੜ ਇੱਕ ਗੱਲ ਤਾਂ ਬਹਿ ਜਾਂਦਾ ਇਹ ਕਿਹੜੀ ਗੱਲ ਹੈ ਕੋਈ ਇੱਕ ਅੱਧੀ ਲਿੰਦ ਖਾਲੀ ਨਿਕਲ ਆਈ ਤਾਂ ਮੁੜ ਕਿਹੜੀ ਗੱਲ ਹੈ ਹਾਂ ਇਹ ਗੱਲ ਹੈ ਇਸ ਥੈਲੀ ਨਾ ਖੋਤੀ ਤੇ ਬੰਨੀ ਹੈਗੀ ਆਹਾ ਮੇਰੀਆਂ ਮੱਝਾਂ ਗਾਵਾਂ ਦਾ ਮੰਡਾ ਓਏ ਲੈ ਲਾ ਹੋ ਹੈਲਮਟ ਤੇ ਰਮਜ਼ੀ ਅੱਛਾ ਹੋ ਖੋਤੀ ਦੇ ਲਿੰਦ ਦੇ ਵਿੱਚੋਂ ਪੰਜਾ ਪੰਜਾ ਦਸ ਦਸਾਂ ਠੀਪੇ ਕੱਢੀ ਜਾ ਰਿਹਾ ਇਹ ਤੇ ਮੈਨੂੰ ਪਹਿਲੇ ਹੀ ਸ਼ੱਕ ਸੀ ਲੱਗਦਾ ਉਹਨਾਂ ਨੇ ਕੋਈ ਬੈਂਕ ਲੁੱਟਿਆ ਤੇ ਸਾਰਾ ਹੀ ਖੋਤੀ ਨੂੰ ਖਵਾਤਾ ਜੀ ਗੱਲ ਇਹ ਗੱਲ ਸੱਚੀ ਹੈ ਬਿਲਕੁਲ ਸੱਚੀ ਚਾਹ ਮੈਨੂੰ ਮੰਨਣ ਚ ਤਾਂ ਨਹੀਂ ਆ ਰਹੀ ਪਰ ਚਲੋ ਆਹ ਫਿਰ ਮੇਰੇ ਨਾਲ ਚ ਅੱਛਾ ਪਾ ਚੌਧਰੀ ਮੈਨੂੰ ਤੇ ਪਹਿਲੇ ਹੀ ਸ਼ੱਕ ਸੀ ਇਹਨਾਂ ਨੇ ਇੱਥੇ ਖੋਤੀ ਬੰਨੀ ਕਿਉਂ ਹੈ ਆ ਚੌਧਰੀ ਤੈਨੂੰ ਅੱਲਾ ਕਰਨਾ ਹੈ ਸਾਰਾ ਮਾਲ ਆਪਣੇ ਕਬਜ਼ੇ ਚ ਕਰ ਮੇਰੇ ਡੇਰੇ ਤੇ ਲੈ ਕੇ ਆਓ ਕਿਸੇ ਨੂੰ ਦੱਸਣਾ ਨਹੀਂ ਬੰਦਾ ਮਾਰ ਖੱਟਿਆ ਪਰ ਡਕਾ ਨਹੀਂ ਲਿਆ ਚੌਧਰੀ ਸਾਹਿਬ ਇਹਦਾ ਮੁੜ ਮੇਦਾ ਸਹੀ ਕਰਾਓ ਬੜਾ ਹਾਜ਼ਮਾ ਇਸ ਦਾ ਬੰਦੂਕ ਦਾ ਬਾਬਾ ਮੈਂ ਤੇਰੇ ਨਾਲ ਗੱਲ ਕਰਦਾ ਮੈਨੂੰ ਗੱਲ ਦੱਸ ਸਿੱਧੀ ਇਹ ਖੋਤੀ ਕਿੱਥੋਂ ਲਈ ਹੈ ਤੇ ਇਹ ਕੀ ਮਾਜਰਾ ਹੈ ਗੱਲ ਸੁਣ ਮੇਰੀ ਹਾਂ ਮੈਂ ਸੱਚੀ ਗੱਲ ਕਰਨ ਦਾ ਮੈਂ ਝੂਠ ਕਦੀ ਬੋਲਿਆ ਨਹੀਂ ਮੈਂ ਸੱਚਾ ਮੇਰਾ ਬਹੁਤ ਸੱਚਾ ਠੀਕ ਹੈ ਜਿਹੜੀ ਗੱਲ ਲੈ ਸੁਣੋ ਮੈਂ ਮੰਡੀ ਚੋਂ ਲਈ ਠੀਕ ਹੈ ਖੋਤੀ ਸਬਤ ਦੀ ਤੇ ਤੁਰੜਾ ਗਈ ਇਹ ਖੋਤੀ ਵੜ ਗਈ ਹੈ ਬੈਂਕ ਨੂੰ ਅੱਛਾ ਸੀ ਤੁਰੜਾ ਕੇ ਐਸਾ ਸੁੱਤੇ ਹੋਇਆ ਸੀ ਠੀਕ ਹੈ ਤੇ ਬੈਂਕ ਕੇ ਜਿਹੜੇ ਵੜੀ ਹੈ ਨਾ ਹਾਂ ਮੁਲਾਜ਼ਮਾਂ ਛੁੱਟੀ ਠੀਕ ਹੈ ਉਹ ਬੂਹਾ ਬੰਦ ਕਰਕੇ ਬੈਂਕ ਦਾ ਵਾਕ ਤੇ ਜਿਹੜੀ ਖੋਤੀ ਆਈ ਅੱਛਾ ਇਸ ਬੰਜਰ ਪਤਾ ਨਹੀਂ ਕਿਤਨਾ ਖਾਦਾ ਖੁੱਲੇ ਤੇ ਬੱਦੇ ਨੋਟ ਹੀ ਜਾਨੀ ਕਿ ਪੂਰਾ ਇਹਦੇ ਅੰਦਰ ਬੈਂਕ ਹੀ ਸਾਰੀ ਰਾਤ ਬੈਂਕ ਦੇ ਵਿੱਚ ਰਹੀ ਹੈ ਵੱਡੇ ਨੂੰ ਆਇਆ ਤੋਂ ਨਾ ਬੈਂਕ ਖੋਲਿਆ ਤੇ ਵਿੱਚ ਖੋਤੀ ਲੱਗੀ ਬੰਦੀ ਆਈ ਉਹ ਜਨਾਬ ਪੈਸੇ ਖਾ ਗਈ ਹੈ ਸਾਰੇ ਬੈਂਕ ਦੇ ਨੋਟ ਵੀ ਖਾ ਗਈ ਤੇ ਬਾਂਦ ਸ਼ਾਨ ਜੋ ਲੱਭਿਆ ਉੱਥੇ ਕਿਹੜਾ ਗਾਹ ਅਸਾਂ ਇਸੇ ਪਾਰੋਂ ਤੇਰੇ ਕੋਲ ਆਵਦੀ ਹੈ ਸਿਰ ਪੈਸੇ ਕੱਢ ਲੈਨੇ ਆ ਉੱਤ ਸਾਡੇ ਦੂਆ ਤੂੰ ਜਿਹੜੇ ਨਾ ਚੋਰੜੇ ਬੰਦੇ ਦਾ ਅੰਦਰ ਕੋਈ ਖੋਤੀ ਸਾਡੀ ਛੋੜ ਨਾ ਲਵੇ ਓਏ ਬਾਬਾ ਜੀ ਗੱਲ ਹੀ ਸਿੱਧੀ ਇਹ ਖੋਤੀ ਮੈਨੂੰ ਦੇ ਚਾ ਨਹੀਂ ਖੋਤੀ ਨੇ ਦੇ ਸਕਦੇ ਸਾਨੂੰ ਫਾਇਰ ਮਾਰ ਓ ਬਾਬਾ ਜੀ ਓ ਬਾਬਾ ਤੂੰ ਨਾਲੀ ਦਾ ਮੂੰਹ ਵੇਖੇ ਓਏ ਦੋ ਨਾਲੀ ਨਹੀਂ ਇਹ ਇੱਕ ਨਾਲੀ ਹੈ ਆ ਮਰੇ ਓ ਜੁੱਟੇ ਆ ਠੀਕ ਹੈ ਓਏ ਖਮੋਸ਼ ਕਰਾ ਤੈਨੂੰ ਕਹਿੰਦਾ ਮੈਂ ਗੱਲ ਬਾਬੇ ਨਾਲ ਕਰਦਾ ਮੈਂ ਅਸਾਂ ਆਪਣੀ ਖੋਤੀ ਲਈ ਜਾਂਦੇ ਆ ਹਾਂ ਛੋੜ ਕੇ ਛੋੜ ਕੇ ਅਸਾਂ ਕੋਈ ਗਲਤੀ ਕਰ ਬੈਠੇ ਤੇਰੇ ਕਿੱਲੇ ਤੇ ਜਬੰਦੀ ਹੈ ਹਾਂ ਓ ਬਾਬਾ ਗੱਲ ਹੈ ਸਿੱਧੀ ਕਿ ਉਹ ਜਿਹੜੀਆਂ ਦੋ ਗਾਈ ਨੇ ਹਾਂ ਉਹ ਮੈਂ ਤੈਨੂੰ ਦਿੰਦਾ ਤੇ ਨਾਲ ਦਿੰਦਾ ਤੈਨੂੰ ਮੈਂ 20,000 ਰੁਪਈਆ ਤੇ ਖੋਤੀ ਮੈਨੂੰ ਦੇ ਅੱਬਾ 20,000 ਥੋੜਾ ਹੈ ਸਾਰਾ ਬੈਂਕ ਉਸ ਖਾਤਾ ਹੋਇਆ ਚੁੱਪ ਕਰ ਕਿਰਲੇ ਦੇ ਮੂੰਹ ਵਾਲਿਆ ਠੀਕ ਹੈ ਠੀਕ ਹੈ ਚੌਧਰੀ ਫੀਤਾ ਸਹੀ ਆਖ ਰਿਹਾ ਹੈ ਗੱਲ ਸਮਝ ਉਹ ਦੁੱਧ ਪੀਏਗਾ ਮੈਨੂੰ ਦੁਆਵਾਂ ਦੇਗਾ ਦੁੱਧ ਪੀਸਾ ਹੈ ਸੁਣਦਾ ਪਿਆ ਉਹ ਨਾਲੇ ਗੱਲ ਸੁਣ ਓਏ ਪਾਪਾ ਅਸੀਂ ਇਹ ਦੁਸ਼ਮਣਦਾਰ ਬੰਦੇ ਉਹ ਸਾਡੀ ਵੱਡੀ ਦੁਸ਼ਮਣੀ ਤੂੰ ਇਹ ਖੋਤੀ ਪਹੁੰਚਾ ਨਹੀਂ ਸਕਦਾ
ਓਏ ਅਸੀਂ ਟਕਰਾਰ ਮਾਰ ਕੇ ਤੇ ਬੰਦਾ ਪੀ ਜਾਂਦੇ ਤੈਨੂੰ ਨਹੀਂ ਪਤਾ ਬਾਬਾ ਉਹ ਤੇਰੇ ਮਗਰ ਪੂਰਾ ਬੈਂਕ ਆ ਜਾਏਗਾ ਓਏ ਅਸੀਂ ਕਈ ਕੇਸ ਚੱਲੇ ਹੋਏ ਨੇ ਔਰ ਤੈਨੂੰ ਮੈਂ ਸਹੀ ਕਹਿ ਰਿਹਾ ਹੀ ਓਏ ਆ ਸਹੀ ਹੈ ਹਲਾ ਗਰੀਬ ਬੰਦਿਆ ਇਹ ਜਿਹੜੇ ਡਾਇਲੌਗ ਬੋਲੇ ਸੋ ਇਹ ਸਹੀ ਹੈ ਨਹੀਂ ਨਹੀਂ ਅੱਛਾ ਫਾਸਾ ਸਵਾਇਣਾ ਇਹ ਗੱਲ ਦੋ ਗਾਈ ਮਿਲਦੀ ਪਈ ਹੈ ਹਲਾ ਤੇ 20,000 ਰੁਪਈਆ ਹੋਰ ਸੱਤੀ ਫਿਰ ਘਰ ਲਾ ਮੈਂ ਜਾਂ ਨਹੀਂ ਬਾ ਦਿਲ ਤਾਂ ਨਹੀਂ ਕਰਦਾ ਬਾਬਾ ਤੂੰ ਸਿਆਣਾ ਦਿਲ ਤਾਂ ਨਹੀਂ ਕਰਦਾ ਪਰ ਤੂੰ ਹੁਣ ਜਿਵੇਂ ਮੋੜ ਚੌਧਰੀ ਸਾਹਿਬ ਆ ਬਸ ਦੇ ਇੱਥੇ ਐ ਪਹਿਲਾ ਮਾਲ ਤੇ ਹਲੋ ਪਹਿਲੇ ਮਾਲ ਵਿਖਾਓ ਸਾਨੂੰ ਜਾਨ ਵੀ ਤਾਂ ਪਿਆਰੀ ਮਾਲ ਤੇ ਅਸਲੀ ਹੈ ਯਾਰ ਅਸਲੀ ਹੈ ਸਾਡਾ ਮਾਲ ਸੰਦੇ ਓਏ ਨਾਲੇ ਸਹੀ ਦੱਸੋ ਇਹਦੇ ਚੋਂ ਪਹਿਲੇ ਕਿੰਨਾ ਮਾਲ ਕੱਢ ਚੁੱਕੇ ਜੇ ਹਾਲੀ ਦੱਸੋ ਹਾਲੀ ਤਾਂ ਠੀਕ ਹੈ ਇੱਕ ਡੇਢ ਵੱਡੇ ਨੋਟ ਤਾਂ ਹਾਲੀ ਵਿੱਚ ਹੀ ਹੈ ਇਹ ਤਾਂ ਕੋਈ 4-5,000 ਦੇ ਨੇ ਸਿਰਫ ਆ ਗਣਾ ਵਗਿਆ ਸੀ 5,000 ਕੱਢ ਲਿਆ ਉਸ ਠੀਪਾ ਤੂੰ ਦੱਸ ਬਾਬਾ ਇੱਕ ਵਾਰੀ 1100 ਇੱਕ ਵਾਰੀ 1500 ਓ ਬਾਬਾ ਗੱਲ ਸੱਚੀ ਕਰੀ ਇੱਕ ਵਾਰੀ 1500 ਇੱਕ ਵਾਰੀ 1100 ਇੱਕ ਵਾਰੀ 1200 ਤੇ ਬਾਕੀ ਇਹ ਕੱਢਦੇ ਰਿਹਾ ਪੋਦਰ ਕਿਉਂ ਹੋਇਆ ਯਾਰ ਕੋਈ 1400-1500 ਮੈਂ ਕੱਟਿਆ 40 ਲੈ ਦੇਣਾ ਹੋਵੇ ਨਾ 40 ਉਹਦੇ ਚੋਂ ਗੋਲ ਪਤਾ ਨਹੀਂ ਇਹ ਕੱਢਦੇ ਹੋਇਆ ਦੂਏ ਤੋਂ ਮੈਂ ਗਿਣਦਾ ਰਿਹਾ ਇਹ ਚੌਧਰੀ ਸਾਹਿਬ ਸਾਨੂੰ ਨਾ ਇਹ ਪਰ ਲੈ ਦੇਣਾ ਜਿਹੜਾ ਨਾ ਪਰ ਲੈ ਦੇਣਾ ਇਹ 15 ਰੁਪਈਆ ਪਾਉਂਦਾ ਹੈ ਓਏ ਆਪਣੀ ਆਪਣੀ ਕਿਸਮਤ ਦੀ ਗੱਲ ਹੁੰਦੀ ਏ ਸ਼ਾਇਦ ਸਾਨੂੰ ਪਰ ਲੈ ਦੇਣਾ 5,000 ਚ ਪੈ ਜਾਵੇ ਤੇਰਾ ਨਸੀਬ ਤੇਰੇ ਨਾਲ ਸਾਡਾ ਨਸੀਬ ਸਾਡੇ ਨਾਲ ਆ ਗਈ ਸਮਝ ਹੋ ਸਕਦਾ ਤੈਨੂੰ ਇਹ 20,000 ਚ ਪੈ ਜਾਵੇ ਆ ਮੇਰੇ ਪੁੱਤ ਪੈਸੇ ਦਿਓ ਜਲਦੀ ਕਰੋ ਆਪਣੇ ਪੂਰੇ ਕਰ ਲਾ 20,000 ਰੁਪਈਆ ਪੂਰਾ ਜੀ ਉਹ ਸ਼ਿਕਿਆ ਜਿਹੜਾ ਲਾ ਉਹ ਦੋਵੇਂ ਵਲੈਤੀ ਗਾਵਾਂ ਇਹਨਾਂ ਨੂੰ ਦੇ ਦੇ ਤੇ ਬਾਹਰੋਂ ਖੋਤੀ ਅੰਦਰ ਲੈ ਆ ਆ ਕੇ ਮੇਰੇ ਕਮਰੇ 'ਚ ਬੰਨ ਦੇ ਇਹੋ ਜਿਹੀਆਂ ਛਾਵਾਂ ਹੀਟਰ 'ਚ ਰੱਖੀ ਦੀਆਂ ਨੇ ਇਹ ਤੇ ਕਮਲੇ ਨੇ ਚਲੋ ਓਏ ਤੁਹਾਨੂੰ ਗਾਵਾਂ ਖੋਲ ਕੇ ਦੇਵਾਂ ਅੱਛਾ ਖੋਤੇ ਨੂੰ ਪਿਆਰ ਨਾਲ ਅੰਦਰ ਲੈ ਆਈ ਓਏ ਇੱਕ ਤੇ ਮੈਂ ਚੌਧਰੀ ਓਏ ਨਾਲੇ ਸਿਆਣਾ ਓਏ ਸਾਡੀ ਰਾਤੀ ਕੌਣ ਜੰਮਿਆ ਓਏ ਅਸੀਂ ਮੌਜਾਂ ਲੁੱਟਾਂਗੇ ਆਪਣੇ ਨਾਲ ਤੇ ਉਹ ਗੱਲ ਹੋਈ ਮੱਝ ਵੇਚ ਕੇ ਖੋਤੀ ਲਈ ਤੇ ਦੁੱਧ ਪੀਵਣੋਂ ਗਏ ਤੇ ਆ ਲੈ ਤੇ ਚੁਕੜੀ ਪਈ ਮੈਂ ਮਰ ਗਿਆ ਥਾ ਦੇ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।